ਪੰਜਾਬ ਹਰਿਆਣਾ ਲਾਈਵ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਬੀਤੇ ਦਿਨੀਂ ਤਰਨ ਤਾਰਨ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਸਾਬਕਾ ਫੌਜੀ ਨੇ ਘਰ ਦੀ ਛੱਤ ਤੇ ਖੜ ਕੇ ਗੋਲੀ ਚਲਾਈ ਸੀ। ਪਰ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਜਿੱਥੇ ਗੋਲੀ ਚਲਾਉਣ ਵਾਲੇ ਸਾਬਕਾ ਫੌਜੀ ਨੇ ਗੋਲੀ ਚਲਾਉਣ ਤੋਂ ਪਹਿਲਾਂ ਫੇਸਬੁੱਕ ਤੇ ਲਾਈਵ ਹੋ ਕੇ ਆਪਣੀ ਦੁੱਖ ਭਰੀ ਕਹਾਣੀ ਦੱਸੀ ਸੀ। ਵਿਅਕਤੀ ਨੇ ਦੱਸਿਆ ਸੀ ਕਿ ਉਹ ਕਾਂਗਰਸ ਸਰਕਾਰ ਵੱਲੋਂ ਬਹੁਤ ਦੁਖੀ ਸੀ। ਸਨ 1984 ਵਿੱਚ ਉਸਨੂੰ ਆਪਣਾ ਘਰ ਛੱਡਣਾ ਪਿਆ ਅਤੇ ਫਿਰ ਉਸ ਤੋਂ ਬਾਅਦ ਜਗ੍ਹਾ ਜਗ੍ਹਾ ਤੇ ਨੌਕਰੀ ਲਈ ਭਟਕਣਾ ਪਿਆ ਸੀ। ਗੋਲੀ ਚਲਾਉਣ ਵਾਲੀ ਗੱਲ ਤੇ ਫੌਜੀ ਨੇ ਕਿਹਾ ਕਿ ਉਹ ਬਹੁਤ ਸਮੇਂ ਤੋਂ ਪਰੇਸ਼ਾਨ ਹੈ। ਫੌਜੀ ਨੇ ਦੱਸਿਆ ਸੀ ਕਿ ਉਸਦੇ ਘਰ ਵਿੱਚ ਉਸਦੀ ਧੀ ਹੈ ਅਤੇ ਪਿੰਡ ਦਾ ਨਸ਼ੇੜੀ ਨੌਜਵਾਨ ਉਸਦੀ ਧੀ ਦੀਆਂ ਫੋਟੋਆਂ ਖਿੱਚਦਾ ਸੀ ਅਤੇ ਉਸ ਨਾਲ ਛੇੜਛਾੜ ਕਰਦਾ ਸੀ। ਫੌਜੀ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨਾਲ ਵੀ ਕਈ ਵਾਰ ਗੱਲ ਕੀਤੀ ਪਰ ਕੋਈ ਹੱਲ ਨਾ ਨਿਕਲਿਆ ਅਤੇ ਫਿਰ ਉਸਨੇ ਪੁਲਿਸ ਨੂੰ ਵੀ ਇਸਦੀ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਨੇ ਵੀ ਕੋਈ ਕਾਰਵਾਈ ਨਾ ਕੀਤੀ। ਦੋਸ਼ੀ ਨੇ ਕਿਹਾ ਕਿ ਨਸ਼ੇੜੀ ਨੌਜਵਾਨ ਉਹਨਾਂ ਦੀਆਂ ਵੀਡੀਓਜ਼ ਬਣਾਉਂਦਾ ਸੀ ਅਤੇ ਉਹਨਾਂ ਨੂੰ ਧਮਕੀਆਂ ਦਿੰਦਾ ਸੀ। ਫੌਜੀ ਨੇ ਕਿਹਾ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ਕਰਕੇ ਅਤੇ ਪਿਛਲੇ 2 ਸਾਲਾਂ ਤੋਂ ਕੋਈ ਇਨਸਾਫ ਨਾ ਮਿਲਣ ਕਰਕੇ ਦੁਖੀ ਹੋ ਕੇ ਉਹ ਇਹ ਕਦਮ ਚੁੱਕਣ ਜਾ ਰਿਹਾ ਹੈ ਅਤੇ ਉਹ ਉਸ ਨੌਜਵਾਨ ਨੂੰ ਮਾਰ ਦੇਵੇਗਾ। ਦੋਸ਼ੀ ਨੇ ਇਹ ਵੀ ਕਿਹਾ ਕਿ ਉਸ ਉੱਤੇ ਧਾਰਾ 452 ਅਤੇ 506 ਦੀ ਵੀ ਲੱਗੇਗੀ ਕਿਉਂਕਿ ਉਹ ਇਸ ਗੱਲ ਤੋਂ ਨਹੀਂ ਮੁੱਕਰਦਾ ਕਿ ਉਸਨੇ ਨੌਜਵਾਨ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਹੋਰ ਉਸਨੇ ਕੀ ਕਿਹਾ ਆਓ ਤੁਸੀਂ ਵੀ ਸੁਣ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੋਸਤੋ ਜ਼ਿੰਦਗੀ ਦਾ ਇੱਕ ਐਸਾ ਮੋੜ ਲੈਣ ਜਾ ਰਹੀ ਹੈ ਜਿਸ ਦਾ ਫੈਸਲਾ ਮੈਂ ਮੇਰੇ 'ਤੇ ਹੋਏ ਜ਼ੁਲਮਾਂ ਦਾ ਹਿਸਾਬ ਗੌਰਮੈਂਟ ਵੱਲੋਂ ਨਾ ਦੇਣ ਕਰਕੇ। ਮਤਲਬ ਜਿਸ ਬੰਦੇ ਨੇ 2 ਸਾਲ ਤੋਂ ਕਾਨੂੰਨ ਦਾ ਸਹਾਰਾ ਲਿਆ ਹੋਵੇ ਅਤੇ ਉਹ ਬੰਦਾ ਕਾਨੂੰਨ ਦੇ ਨਾਲ ਚੱਲ ਰਿਹਾ ਹੋਵੇ ਔਰ ਅੱਜ ਉਸ ਬੰਦੇ ਦੀ 22 ਸਾਲ ਦੀ ਧੀ ਦੀ ਉਹ ਬੰਦਾ ਫੋਟੋ ਖਿੱਚੇ, ਚਲੋ ਉਹਦੀਆਂ ਤਾਂ ਖਿੱਚ ਲਈਆਂ ਕੋਈ ਗੱਲ ਨਹੀਂ, ਕੈਮਰਾ ਵੀ ਤੋੜਤਾ ਪਰਸੋਂ। ਹਾਂਜੀ ਵਾਹਿਗੁਰੂ, ਅੱਜ ਮੈਂ ਆਪਣਾ ਆਖਰੀ ਫੈਸਲਾ ਆਪਣੇ ਬੱਚਿਆਂ ਨੂੰ ਅੰਦਰ ਬੰਦ ਕਰਕੇ, ਬੇਟਾ ਆਪਣਾ ਘਰੋਂ ਗਾਇਬ ਕਰ ਦਿੱਤਾ ਹੈ ਆਪਾਂ। ਸਿੱਧੀ ਗੱਲ ਹੈ, ਮੈਂ ਤੁਹਾਨੂੰ ਦੱਸਾਂ ਕਿ ਅੱਜ ਮੈਂ ਆਪਣੇ 'ਤੇ 452 ਦਾ ਪ੍ਰਚਾ ਦਰਜ ਕਰਾ ਲਿਆ। ਭਾਅ ਜੀ ਮੈਨੂੰ ਬਹੁਤ ਤੰਗ ਕੀਤਾ ਹੋਇਆ, ਮੈਂ ਹੁਣ ਆਪਣੀ ਤੁਹਾਨੂੰ ਮੈਂ ਖਲੋ ਜੋ ਕੈਮਰਾ ਰੱਖ ਕੇ ਵਿਖਾਉਣਾ। ਮੈਂ ਆਹ ਵੇਖੋ ਫੇਸਬੁੱਕ 'ਤੇ ਮੈਂ ਰਾਤੀ ਪਾਤਾ ਸੀ, ਆਹ ਵੇਖੋ ਤੇਗ ਤਿੱਖੀ ਕਰਕੇ ਪਾਣੀ ਰੱਖ ਲਿਆ, ਇਸ ਰੇੜੀ 'ਤੇ ਇਹਨੂੰ ਲੱਦ ਲੈਣਾ। ਪਿੰਡ ਦੇ ਵਿੱਚ ਇਹਨੂੰ 2 ਰੁਪਏ ਕਿਲੋ, 3 ਰੁਪਏ ਕਿਲੋ ਆਹ ਟੇਪ ਲਾ ਲੈਣੀ ਹੈ ਡੈਕੋਣੇ। ਅੱਜ ਇਹਨੂੰ ਵੱਢ ਕੇ ਵੇਚਣਾ, ਜੇ ਮੇਰੇ ਲਾਗੇ ਆ ਗਿਆ ਕੋਈ ਤਾਂ ਆਹ ਬੰਦੂਕ ਨਾ ਵੱਢਣਾ ਇਹਨੂੰ, ਇਹ ਰੇੜੀ ਉਹ ਮੋਟਰਸਾਈਕਲ ਦੇ ਪਿੱਛੇ ਪਾਉਣੀ ਹੈ, ਉਹ ਮੋਟਰਸਾਈਕਲ ਦੇ। ਮੈਨੂੰ ਇਹਨਾਂ ਕੱਲ੍ਹ ਧਮਕੀਆਂ ਦਿੱਤੀਆਂ, ਕਹਿੰਦੇ ਤੈਨੂੰ ਟਰੈਕਟਰ ਮਗਰ ਪਾ ਕੇ ਧੋਣਾ, ਅਤੇ ਮੈਂ ਅੱਜ ਬਾਹਰ ਬਹਿ ਗਿਆ ਆ ਕੇ। ਆਹ ਵੇਖ ਲਓ ਮੇਰਾ ਕੋਈ ਘਰ ਨਹੀਂ, ਜੰਗਲ 'ਚ ਬੈਠਾ ਮੈਂ, ਆਹ ਇਹਨਾਂ ਦੇ ਘਰ ਨੇ ਉਹ ਪਿੱਛੇ, ਇੱਥੇ ਆਉਂਦਾ ਮੈਂ ਧੋਣਾ ਹੈ ਇੱਥੇ। ਉਹ ਮੇਰੇ ਕੈਮਰੇ ਲਾਏ ਵੇਖੋ, ਉਹ ਮੇਰੀ ਜਗ੍ਹਾ 'ਚ ਆ ਕੇ ਮੇਰੇ ਕੈਮਰੇ ਲਾ ਤੇ, ਇੱਕ ਕੈਮਰਾ ਮੇਰਾ ਉਹ ਲੱਗਾ ਵੇਖੋ, ਉਹ ਮੇਰੇ ਭਰਾ ਦੇ ਕੋਠੇ 'ਤੇ ਲਓ, ਮੈਂ ਵੱਡਾ ਕਰਕੇ ਵਿਖਾਵਾਂ ਤੁਹਾਨੂੰ, ਆਹ ਵੇਖੋ, ਉਹ ਵੇਖੋ, ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਵਿੱਚ, ਮੈਂ ਦਿਖਾਈ ਦੇ ਰਿਹਾ ਤੁਹਾਨੂੰ ਇੱਥੇ ਬੈਠਾ, ਇੱਕ ਕੈਮਰਾ ਇੱਧਰ ਖੰਭੇ 'ਤੇ ਲੱਗਾ ਔਰ ਗਲੀ ਦਿਖਾਈ ਦਿੰਦੀ, ਇਹਦਾ ਘਰ ਕੋਈ ਦਿਖਾਈ ਨਹੀਂ ਦਿੰਦਾ। ਦੱਸੋ ਇਹ ਸਾਡੀਆਂ ਧੀਆਂ ਨੇ, ਜੇ ਸਾਨੂੰ ਦਿਖਾਈ ਦੇ ਵੀ ਦੇਣਗੀਆਂ ਸਾਡੇ ਬੱਚੇ ਨੇ, ਸਾਨੂੰ ਕੀ ਫਰਕ ਪੈਂਦਾ। ਕਿਉਂ ਮੇਰੀ ਧੀ ਦੀ ਫੋਟੋ ਖਿੱਚੀ ਇਹਨੇ, ਇਹਨੂੰ ਪੁੱਛੋ ਮੇਰੇ ਧੀ ਦੀ ਫੋਟੋ। SSP ਤਰਨ ਤਾਰਨ ਸਾਹਿਬ, ਮੈਂ ਅੱਜ ਫੇਸਬੁੱਕ 'ਤੇ ਮਾਧਿਅਮ ਰਾਹੀਂ ਸ਼ੇਅਰ ਕਰੀ ਜਾਓ ਵੀਰੋ, ਕਿਉਂਕਿ ਲੰਬਾ ਚੱਲਣਾ ਹੈ, ਲੰਬਾ ਚੱਲਣਾ, ਸ਼ੇਅਰ ਕਰ ਦਿਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਪੰਨਾ ਲਾਲ ਜੀ ਸਤਿ ਸ਼੍ਰੀ ਅਕਾਲ। ਮੈਂ ਬੜੀ ਮੁਸੀਬਤ 'ਚ ਹਾਂ ਭਰਾਵਾ, ਜਦੋਂ ਆਮ ਪਾਰਟੀ 'ਚ ਹੁੰਦਾ ਸੀ ਇਹਨਾਂ ਮੇਰੀਆਂ ਲੱਤਾਂ ਤੋੜਤੀਆਂ ਅਤੇ ਮੈਂ ਉਦੋਂ ਦਾ ਬੜਾ ਪਰੇਸ਼ਾਨ ਹਾਂ। ਆਮ ਪਾਰਟੀ 'ਤੇ ਗਈ ਭੱਜ ਭੁੱਜ, ਉਹ ਬਿੱਟੂ ਖਵਾਸਪੁਰੀਆ ਵੀ ਭੱਜ ਗਿਆ, ਇੱਥੇ ਖਵਾਸਪੁਰੀਆ ਵੀ ਭੱਜ ਗਿਆ, ਚੀਮਾ ਵੀ ਭੱਜ ਗਿਆ, ਪਰ ਮੈਂ ਨਾ ਹਾਈਕੋਰਟ 'ਚ ਵੀ ਚੱਲ ਗਿਆ, ਇਹ ਮੇਰੀ ਚੱਲਣ ਨਹੀਂ ਹੁੰਦੀ, ਇਹਦੇ ਪੁਲਿਸ ਆਉਂਦੀ ਨਹੀਂ, ਅਤੇ ਪੁਲਿਸ ਦਾ ਕਸੂਰ ਕੋਈ ਨਹੀਂ, ਮੈਂ ਇੱਕ ਪ੍ਰੋਬਲਮ ਸਮਝਦਾ ਕਿ ਪੁਲਿਸ ਜਿਹੜੀ ਹੈ ਨਾ ਉਹ ਕੱਲ੍ਹ ਦੀਆਂ ਮੌਤਾਂ ਹੀ ਬੜੀਆਂ ਹੋ ਗਈਆਂ ਆਪਣੀਆਂ। ਅਤੇ ਵੀਰ ਦਵਿੰਦਰ ਸੰਧੂ ਸਾਹਿਬ ਸ਼ੇਅਰ ਕਰ ਦਿਓ, ਹੁਣ ਮੈਂ ਸੱਚੀਆਂ ਹੀ ਦੱਸੂ, ਅੱਜ ਮੈਂ ਗਰਮ ਨਹੀਂ ਹੁੰਦਾ, ਮੈਂ ਰਫੜ ਰੱਖ ਕੇ ਬਹਿ ਗਿਆ ਬਾਹਰ, ਇਹਨੇ ਮੇਰੀ ਕੱਲ੍ਹ ਧੀ ਦੀ ਫੋਟੋ ਖਿੱਚੀ ਆ, ਇਹਨੇ ਮੇਰੀ ਧੀ ਦੀ ਫੋਟੋ ਖਿੱਚੀ ਆ, ਵੇਖ ਲਓ ਅੱਜ ਮੈਂ ਸੰਦ ਸਮਾਨ ਰੱਖ ਕੇ ਬਹਿ ਗਿਆ ਬਾਹਰ ਆਪਣਾ, ਆਹ ਰੋੜਿਆਂ ਦਾ ਢੇਰ ਲੱਗ ਗਿਆ, ਇਹ ਗਲੀ ਥਣੀ ਇਹਨੇ ਲੰਘਣਾ ਅਤੇ ਇਹ ਰੇੜੀ 'ਤੇ ਇਹਨੂੰ ਲੱਦਣਾ, ਅੱਜ ਮੇਰੇ 'ਤੇ ਪਰਚਾ ਹੋਣਾ, ਅੱਜ 307 ਦਾ ਹੋਣਾ, ਅੱਜ ਮੈਂ ਟੁੱਕਣਾ ਕਈ ਦੇ ਨਾਲ। ਇਹ ਮੈਨੂੰ ਜੱਟ ਨਹੀਂ ਸਮਝਦੇ, ਇਹ ਮੈਨੂੰ ਨਾਈ ਸਮਝਦੇ ਆ, ਸ਼ਰਿਆਂ ਮੰਗਾਰਦਾ ਸੋਨੂੰ ਅੰਦਰ ਆ, ਮੈਂ ਉਹਨੂੰ ਵੀ ਭੇਜ ਦੇਣਾ ਨੋਟੀਫਿਕੇਸ਼ਨ, ਬਾਹਰ ਹੋ ਕੇ ਮੇਰੇ ਨਾਲ ਗੱਲ ਕਰੋ, ਨਿਕਲ ਬਾਹਰ ਮੈਂ ਗਾਲਾਂ ਕੱਢਦਾ ਹੀ, 10 ਪੁਲਿਸ ਨੂੰ 10, ਅੱਜ ਮੇਰੀ ਧੀ ਦੀ ਫੋਟੋ ਕਿਉਂ ਖਿੱਚੀ ਤੂੰ ਕੱਲ੍ਹ, ਓਏ ਦੱਸ ਓਏ ਮੇਰੀ ਧੀ ਦੀ ਫੋਟੋ ਕਿਉਂ ਖਿੱਚੀ, ਮੇਰੀ ਹੁਣ ਇਹ ਘਰ ਦੀ ਆਈ ਆ, ਥਾਣੇ ਦੇ ਵਿੱਚੋਂ ਆਈ ਆ, ਹੁਣ ਇਹ ਅਜੇ ਦਰਖਾਸਤ ਦੇ ਕੇ ਆਈ ਆ, ਅਸੀਂ ਤਾਂ ਭਾਅ ਜੀ ਦਰਖਾਸਤਾਂ ਦੇ ਥੱਕ ਗਏ ਜੀ, ਸਾਡੀ ਨਹੀਂ ਜੇ ਸੁਣਦਾ ਕੋਈ।
बिल्कुल नहीं जे सुनता अच्छ मैं हथियार चुके बहर बह गया खिंचो मेरी धी की फोटो अगे भी मेरी भनेवी का रेप होया मैं बड़ा कुखा जहा वीर दविंदर संधु वीर मेरा वेख रहा इस टाइम से मैं हूँ ना नहीं लैने मैं अपने दुख ही दसने सुनी जाओ ना लूंगा तो टाइम खराब होगा अज मैं बहर तेल रख के बह गया सचो साहब FIR नंबर 0174 डेटड 26 तरीक 11 बजे 7 बजे की सट लाई 11 बजे मैनू बठिंडियों बाबा दविंदर सिंह जी कुत्तीवाल कलां तो आए उन्होंने चुकया सरदार हरपाल सिंह ढिल्लों आए मैं 4 दिन तक मान साहब कित्थे भला मान साहब नूं वी घल्लो इक फोटो नहीं गाल नहीं कड़ी गाल नहीं कड़ी रणदीप सिंह जी गाल कुदरती निकल जाती बंदा दुखी बड़ा मेरा तो रेप तक करता मेरा पग तक रुल गई और टंगिया च पगा लो तुहानूं मैं विखाउणा गाल मैं की कड़ना इन्हां कल मेरा कोई फक्का नहीं छड्डिया तुसीं गाल दस दे जे इन्हां मेरियां ग्रैजुएशन कुड़ियां नूं रमनदीप बाबा जी गाल ना कड़ी तू इधर आ फिर मेरे को आके गल सुना मेरी मैं कल कुड़ियां दीआं गालां कड़ियां रमनदीप जी आओ वे मेरे लहू ना लीड़े गाल ना कड़ी दा मतलब फिर आके इंसाफ दवा आ इधर इतने बह मैं कल दा पंचायत नूं रोण दिया नूरदी नूं गाल ना कड़ी नहीं कड़दा मेरी धी की फोटो क्यों खिंची दस हुण जिहड़ियां ने मैनू गालां कड़ियां अपना वट्सअप नंबर सुट तैनूं मैं कल दा डिस्ट्रिक्ट तरन तारण सुनदा नहीं गा कोई पुलिस बेचारी बहुत परेशान आ बंदे मर गए आदा करके मेरे को चाह पीण का टाइम नहीं मैं कला घर बैठा मेरी वाइफ हाउस गई आ थाने कुड़ी थाने गई आ रात नूं शराब पी के गालां कढ़दे आ अज लई बस एना ही कल फिर मिलांगे कुछ नवीआं ते ताज़ा खबरां दे नाल उदों तक जुड़े रहो पंजाब हरियाणा लाइव दे नाल धन्नवाद